ਬੋਲਾ ਸੁਣ ਲੋ, ਇਸ ਬਾਬੀ ਕੇ ਕੰਨ ਦੇ ਪਿੱਛੇ ਹੱਥ ਹੈ ਰਸੂਲ ਪਾਕ ਦਾ ਤੇ ਅੱਜ ਦਾ ਨਹੀਂ। ਮੈਂ ਇੱਕ ਜੁਮਲਾ ਕਹੂੰ, ਜੇ ਬਾਬਾ ਜੀ ਇਸ ਸਦੀ ਕਾ ਮੁਜੱਦਦ ਹੈ। ਬੇਸ਼ੱਕ ਬਾਬਾ ਜੀ ਇਸ ਸਦੀ ਦਾ ਮੁਜੱਦਦ ਜੇ ਤੇ ਬਾਬੇ ਹੋਰੀ ਮੈਨੂੰ ਪੈਸੇ ਕੋਈ ਨਹੀਂ ਦਿੰਦੇ, ਮੈਂ ਹੀ ਕੋਈ ਨਜ਼ਰਾਨਾ ਪੇਸ਼ ਕਰਨਾ। ਮਤੇ ਤੁਸਾਂ ਇਹ ਆਖੋ ਬਈ ਬਾਬੇ ਹੋਰੀ ਕੋਈ ਨੋਟ ਮੈਨੂੰ ਪਕੜਾ ਕੇ ਤੇਰੇ ਪਈ ਤਰੀਕ, ਮੈਂ ਆਖਿਆ ਮੇਰਾ ਨਾਂ ਨਾ ਲਵੀ, ਮੈਂ ਆਖਿਆ ਮੇਰੇ ਕੋਲ ਤਕਰੀਰ ਨਹੀਂ ਕਰਾਓ, ਇਹਨਾਂ ਆਖਿਆ ਤਕਰੀਰ ਤੇ ਕਰੇਗਾ ਤੂੰ। ਮੈਂ ਆਖਿਆ ਰਸੂਲ ਪਾਕ ਦਾ ਵਾਸਤੇ ਮੈਨੂੰ ਬੈਠ ਦੇ, ਇਹਨਾਂ ਆਖਿਆ ਰਸੂਲ ਪਾਕ ਦਾ ਵਾਸਤੇ ਹੀ ਤਕਰੀਰ ਕਰ। ਮੈਂ ਆਖਿਆ ਫਿਰ ਰਸੂਲ ਪਾਕ ਦਾ ਵਾਸਤੇ ਹੁਣ ਸੁਣੋ, ਨਾ ਬੁਲਾਓ ਮੇਰੇ ਕੋਲ, ਤੁਸੀਂ ਬੁਲਾਉਂਦੇ ਹੋ ਤੇ ਗੱਲਾਂ ਸੱਚੀਆਂ ਸੁਣੋ। ਇਹ ਬਾਬਾ ਜੀ ਮੁਜੱਦਦ ਅੱਲਾ ਦੀ ਕਸਮ ਹੈ, ਸਦੀਕੇ ਅਕਬਰ ਕੀ ਸਦੀਕੀਅਤ, ਉਮਰੇ ਪਾਕ ਕੀ ਅਦਾਲਤ, ਉਸਮਾਨੇ ਪਾਕ ਕੀ ਸਖਾਵਤ, ਅਲੀ ਉਲ ਮੁਰਤਜ਼ਾ ਕੀ ਸ਼ੁਜਾਅਤ, ਬਾਬੇ ਅਬਦੁਲ ਕਾਦਰ ਜਿਲਾਨੀ, ਮੈਂ ਉਨਕਾ ਨਾਮ ਚੁਣਤਾ ਹੂੰ, ਕਿਸੇ ਨੂੰ ਫੁਰਕ ਸ਼ੁਰਕ ਨਾ ਹੋਵੇ। ਬਾਬੇ ਅਬਦੁਲ ਕਾਦਰ ਜਿਲਾਨੀ ਮੇਰੇ ਬਾਬਾ ਜੀ, ਉਨਕਾ ਸਾਰਾ ਫੈਜ਼ਾਂ ਤੋ ਉਹ ਅਜਮੇਰ ਦੇ ਟਿੱਬੇ ਦੇ ਮਲੰਗ ਖਵਾਜਾ ਮੁਹੀਨਉਦੀਨ ਦੀ ਤਵੱਜੋ ਤੋ ਵੋ ਜੋ ਦਿੱਲੀ ਕੇ ਅੰਦਰ ਸਰਹੰਦ ਮੇ ਲੇਟਾ ਹੁਆ ਮੁਜੱਦਦ ਅਲਿਫ ਸਾਨੀ ਬਾਬਾ ਹੈ, ਉਸਕੀ ਨਿਗਾਹ ਔਰ ਯੇ ਬਾਵੇ ਪੀਰ ਮੇਰ ਅਲੀ ਸ਼ਾਹ ਸਾਹਿਬ ਕੀ ਅਤਾ ਔਰ ਸੈਵਣ ਵਾਲੇ ਬਾਵੇ ਲਾਲ ਸ਼ਬਾਸ ਦਾ ਠੰਡਾ, ਇਹ ਸਾਰੀਆਂ ਚੀਜ਼ਾਂ ਇਕੱਠਾ ਹੋ ਜਾਣ ਤੇ ਸੂਰਤ ਵਿੱਚ ਅਗਰ ਇਹਨਾਂ ਨੂੰ ਚੱਕਣਾ ਚਾਹੁੰਦੇ ਹੋ ਤਾਂ ਉਹਦਾ ਨਾਂ ਹੈ ਖਾਦਮ ਹੁਸੈਨ। ਇਸ ਉਮਤ ਨੇ ਅਗਰ ਇਸ ਬਾਬੇ ਦੀ ਇੱਜ਼ਤ ਨਾ ਕੀਤੀ, ਉਮਤ ਹੱਥ ਲੈਣਾ ਕੱਖ ਨਹੀਂ। ਗੱਲ ਸੁਣੋ, ਖਤਮੇ ਨਬੂਤ ਤੇ ਗੱਲਾਂ ਹੋ ਗਈਆਂ ਸਾਰੀਆਂ, ਮੈਂ ਤਾਂ ਤੁਹਾਨੂੰ ਇਹ ਦੱਸ ਰਿਹਾ, ਖਤਮੇ ਨਬੂਤ ਦੇ ਚੌਕੀਦਾਰ ਦੀ ਹਿਫਾਜ਼ਤ ਕਰੋ, ਰਲ ਜਾਓ ਨਾਲ, ਆਪਕੇ ਹੱਥ ਮੇ ਕੁਛ ਨਹੀਂ ਬਚੇਗਾ ਅਗਰ ਬਾਬਾ ਤੁਹਾਡੇ ਹੱਥੋਂ ਸੇ ਨਿਕਲ ਗਿਆ। ਵੱਲਾਹ ਅਲਅਜ਼ੀਮ ਰੱਬੇ ਕਾਬਾ ਕੀ ਕਸਮ ਸੁਣੀਓ, ਦਿਓਬੰਦੀਆਂ ਦੀ ਲੱਖ ਤਰੋੜ ਕੇ ਜਿਹਨੇ ਤਾਰ ਦਿੱਤਾ ਹੈ ਉਹਦਾ ਨਾਂ ਖਾਦਮ ਰਿਜ਼ਵੀ ਹੈ। ਆਪਣੇ ਨਬੀ ਕੀ ਖਤਮੇ ਨਬੂਤ ਪਰ ਜਿਸ ਨੇ ਪਹਿਰਾ ਦਿਆ ਉਸਕਾ ਨਾਮ ਖਾਦਮ ਹੁਸੈਨ ਹੈ। ਮੈਨੇ ਤੋ ਕੱਲ ਵੀ ਕਹਾ ਥਾ ਪਰਸੋਂ ਵੀ ਔਰ ਬਾਬੇ ਜੀ ਨੂੰ ਸੁਣਨ ਚ ਆਮਦਾ ਹੀ ਰਹਿੰਦਾ ਹੈ। ਲਾਹੌਰ ਮੈਨੇ ਤਕਰੀਰ ਕਰਤੇ ਹੋਏ ਯੇ ਬਾਤ ਕੀ ਹੈ, ਦੋ ਦਿਨ ਪਹਿਲੇ ਮੈਂ ਕਿਹਾ ਲਾਹੌਰੀਓ ਮੈਨੂੰ ਪਤਾ ਇੱਥੇ ਵਿੱਚ ਕਈ ਬੰਦੇ ਬੈਠੇ ਸਨ ਜਿਹਨਾਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗਣੀ ਤੇ ਮੇਰੀ ਇਸ ਜੁੱਤੀ ਤੇ ਪਰਵਾਹ ਕੋਈ ਨਹੀਂ। ਬਾਬੇ ਨੂੰ ਪਤਾ ਹੈ ਮੈਂਟਲ ਚ ਹੈ, ਇਹ ਪਤਾ ਬਾਬੇ ਨੂੰ ਮੇਰਾ ਦਿਮਾਗ ਇੰਜੀ ਹੈ। ਮੈਂ ਕਿਹਾ ਮੇਰੀ ਜੁੱਤੀ ਨੂੰ ਵੀ ਪਰਵਾਹ ਨਹੀਂ, ਪਰ ਇਹ ਗੱਲ ਸੁਣ ਲਓ, 1400 ਸਾਲ ਪਹਿਲੇ ਜਦੋਂ ਕੋਈ ਯਜ਼ੀਦ ਪਹੁੰਚਿਆ ਨਾ, ਉਹਦੇ ਮੁਕਾਬਲੇ ਚ ਜਿਹੜਾ ਆਇਆ ਉਹਦਾ ਨਾਂ ਹੁਸੈਨ ਹੈ। ਉਹਦਾ ਨਾਂ ਕੀ ਹੈ? ਉੱਚਾ ਬੋਲੋ ਕੀ ਹੈ? ਤਾਂ ਕਸਮ ਮੈਨੂੰ ਪਰਵਰਦਿਗਾਰੇ ਆਲਮ ਦੀ, ਅੱਜ ਦੀ ਯਜ਼ੀਦ ਦੇ ਪੱਲੇ ਜਿਹੜਾ ਸਾਹਮਣੇ ਟੱਕਰ ਚ ਆਇਆ ਨਾ, ਉਹਦਾ ਨਾਂ ਖਾਦਮ ਹੁਸੈਨ। ਉਹਦਾ ਨਾਂ ਕੀ ਹੈ? ਮੈਂ ਆਪਕੋ ਮੈਂ ਸਲਾਮ ਪੇਸ਼ ਕਰਤਾ ਹੂੰ, ਜਿਤਨੇ ਬੈਠੇ ਹੋ, ਲੇਟੇ ਹੋ, ਸੋਏ ਹੋ, ਜਿਹੜੇ ਨਹੀਂ ਸੁਣ ਰਹੇ ਹੋ, ਯੇ ਜਿਹੜੇ ਕਿਆਮਤ ਤੱਕ ਆਏਗੇ ਤਾਂ ਸੁਣੇਗੇ, ਇਹ ਤੁਹਾਨੂੰ ਹੋ ਨਹੀਂ ਸਕਦਾ ਸੁਣਨ ਨਾ। ਬਾਬਾ ਜੀ ਨੇ ਜਗਾ ਦਿਆ ਉਮਤ ਨੂੰ, ਜਗਾ ਦਿਆ ਨਹੀਂ ਜਗਾ, ਬਾਬਾ ਜੀ ਨੇ ਉਮਤ ਕੋ ਜਗਾ ਦਿਆ, ਬਾਬਾ ਜੀ ਨੇ ਜੋੜ ਦਿਆ। ਬਾਬਾ ਜੀ ਬੋਲੋ ਬੋਲੋ ਬੋਲੋ, ਆਇਆ 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 ਆਇਆ, ਇੱਕ ਵਾਰੀ ਕਬ